स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो तुहाडे लई लैके आए हैं ये पिंड रोड़ी कपूरे की है। रोड़ी कपूरा पिंड जिहड़ा ये जैतो तो 6 किलोमीटर साइड पर है। जैतो तो जिहड़ा रामेआणे नूं रोड जां कह लो वी जैतो तो मुकसर रोड है जिहड़ा उहदे ते 6 किलोमीटर अगे जाके पिंड आ जांदा रोड़ी कपूरा। तहसील इहनूं जैतो पैंदी है ते जिला इहदा फरीदकोट ही है। इस पिंड दे विच बाई जी होरी घरे पशु रखदे आ, थोड़े जे पशु इन्हां कोल रखे हुए है, कुछ पशु अंदर बद्धे हुए है। जिहड़े आ दो सामने तुसीं स्क्रीन ते पशु देख रहे जिन्हां च इक मज्झ सूण दे लई नेड़ है इह ते इक इह झोटा, इह दोन्ने विकाऊ आ। सारी डिटेल आपां बाई जी होरां तों पुछांगे। वीडियो शुरू करन तों पहलां बेनती है जिन्हां ने मेरे इस चैनल नूं अजे तक सबसक्राइब नहीं कीता उह चैनल नूं जरूर सबसक्राइब कर दिओ ते नाल घंटी दा बटन भी प्रेस कर दिओ जे तां कि जिहड़ी मैं नवीं वीडियो अपलोड करां उहदा नोटिफिकेशन तुहानूं मिल सके। आओ बाई जी होरां नाल गल्लबात करो। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸੋ ਇੱਕ ਵਾਰ। ਰਾਜਪਾਲ ਸਿੰਘ। ਰਾਜਪਾਲ ਸਿੰਘ, ਤੇ ਬਾਈ ਜੀ ਇਹ ਆਪਾਂ ਪਸ਼ੂ ਜਿਹੜੇ ਆ ਘਰੇ ਹੀ ਰੱਖਦੇ ਆ ਕਿ ਵਪਾਰ ਦਾ ਕੰਮ? ਨਹੀਂ ਨਹੀਂ, ਘਰ ਦੇ ਪਸ਼ੂ ਜੀ। ਘਰ ਦੇ ਪਸ਼ੂ ਆ, ਠੀਕ ਹੈ। ਤੇ ਅੱਜ ਜਿਹੜੀ ਆਪਾਂ ਇਹ ਦੋ ਪਸ਼ੂਆਂ ਦੀ ਵੀਡੀਓ ਬਣਾਉਣੀ ਜੀ, ਚੱਕ ਮੱਝ ਹੈ, ਇਹਨੇ ਕਿੰਨਵੇਂ ਸੂਏ ਸੂਣਾ? ਤੀਜਾ ਸੂਆ ਜੀ। ਤੀਜਾ ਸੂਆ, ਕਿੰਨੇ ਦਿਨ ਬਾਕੀ ਇਹਦੇ? ਇਹਦੇ 5-4 ਦਿਨ ਲੱਗੂਗੀ। 5-4 ਦਿਨ ਲੈ ਜੂ ਘਰ ਦੀ ਮੱਝ ਹੈ ਵੀਰੇ ਆਪਣੀ? ਹਾਂਜੀ, ਘਰ ਦੀ। ਠੀਕ ਹੈ, ਤੇ ਕਿੰਨਾ ਕੁ ਦੁੱਧ ਰਿਹਾ ਦਾ ਦੂਜੇ ਸੂਏ ਦੇ ਵਿੱਚ? ਦੁੱਧ 15 ਕਿਲੋ ਦੁੱਧ ਦਿੱਤਾ ਦੂਜੇ ਸੂਏ। ਠੀਕ ਹੈ, ਯਾਨੀ 15 ਕਿਲੋ ਦੇ ਆਸ ਪਾਸ ਦੁੱਧ ਹੈਗਾ? ਹਾਂਜੀ। ਠੀਕ ਹੈ, ਤੇ ਇਹਦਾ ਕੀ ਰੇਟ ਕਰਦੇ ਆ? ਇਹਦਾ 87,000 ਹੈ ਜੀ। ਵਿੱਚੋਂ ਕੁਛ ਮਾਨ ਤਾਨ ਹੋ ਜੂਗਾ? ਮਾਨ ਤਾਂ 1,000-2,000 ਦਾ ਹੋਊਗਾ, ਯਾਨੀ ਥੋੜਾ ਬਹੁਤਾ ਹੀ ਹੋਊਗਾ। ਹਾਂਜੀ, ਠੀਕ ਹੈ। ਤੇ ਇਹਨੂੰ ਮੜਾ ਖੋਲੋ ਜੀ। ਕਿਸਾਨ ਵੀਰੋ, ਤੀਜੇ ਸੂਏ ਸੋਣਾ ਮੱਝ ਨੇ, ਬਾਕੀ ਜਿਹੜਾ ਦੁੱਧ ਆ ਉਹ ਤੁਹਾਨੂੰ ਇਹਦੇ ਹਵਾਨੇ ਤੋਂ ਅੰਦਾਜ਼ਾ ਹੋ ਜੂਗਾ। ਬਾਈ ਜੀ ਹੋਰਾਂ ਨੇ 14-15 ਕਿਲੋ ਦੁੱਧ ਦੱਸਿਆ, ਲੱਗਦਾ ਵੀ ਹੈ। ਦੇਖ ਸਕਦੇ ਹੋ ਤੁਸੀਂ ਕਿਸਾਨ ਵੀਰੋ, ਹਵਾਨਾ ਬਹੁਤ ਤਕੜਾ ਇਹਦਾ, ਪੂਛ ਥੋੜ੍ਹੀ ਜ਼ਿਆਦਾ ਵਾਈਟ ਹੈ। ਬਸ ਮੋੜ ਲਾ ਵੀਰੇ, ਦਰਮਿਆਨੇ ਜੇ ਕੱਦ 'ਚ ਪਤਲੀ ਚਮੜੀ ਦੀ ਇਹ ਮੱਝ ਹੈ, ਤੀਜੇ ਸੂਏ ਸੋਣਾ। ਥਾਣ ਹਵਾਨਾ ਤੁਹਾਨੂੰ ਰੁਕੀ ਤੋਂ ਵੀ ਦਿਖਾਵਾਂਗੇ। ਦੇਖ ਸਕਦੇ ਹਾਂ ਤੁਸੀਂ ਕਾਫ਼ੀ ਤਕੜਾ ਜਿਹੜਾ ਇਹਦਾ ਆਰਡਰ ਹੈਗਾ, ਇੱਥੋਂ ਤੁਸੀਂ ਵੇਖ ਸਕਦੇ ਹੋ ਦੋਸਤੋ। ਥਾਣ ਤੁਸੀਂ ਦੇਖ ਲਏ ਆ ਕਿਸ ਕੁਆਲਿਟੀ ਦੇ ਆ, ਕਿੱਦਾਂ ਦੇ ਆ। ਬਾਕੀ ਜਿਹੜਾ ਇਹਦਾ ਆਰਡਰ ਹੈ ਉਹ ਅੱਗੇ ਪਿੱਛੇ ਦੋਨਾਂ ਪਾਸਿਆਂ ਨੂੰ ਬਹੁਤ ਜ਼ਿਆਦਾ ਹੈ। ਪੂਛ ਮੈਂ ਪਹਿਲਾਂ ਹੀ ਤੁਹਾਨੂੰ ਦੱਸਤੀ ਹੈ ਵੀ ਜ਼ਿਆਦਾ ਵਾਈਟ ਆ, ਗ੍ਰੇਡਡ ਮੱਝਾਂ ਦੀ ਕੁਆਲਿਟੀ ਦੇ ਵਿੱਚ ਆਊਗੀ ਇਹ। ਮੱਥੇ 'ਤੇ ਵੀ 2 ਕਵਾਲ ਵਾਈਟ ਹੈਗੇ ਆ, ਜ਼ਰੂਰ ਤੁਹਾਨੂੰ ਦਿਖਾ ਦਿੰਦੇ ਹਾਂ। ਸਿੰਘ ਠੀਕ ਹੈ, ਜੱਜਦਾ, ਬਾਕੀ ਸੋਹਣੀ ਮੱਝ ਆ ਇਹ, ਤੀਜੇ ਸੂਏ ਸੋਹਣਾ। ਰੇਟ ਬਾਈ ਜੀ ਉਹਨਾਂ ਨੇ 87,000 ਰੱਖਿਆ। ਇਹ ਤੋਂ ਬਿਨਾਂ ਇੱਕ ਇਹਨਾਂ ਕੋਲ ਬਹੁਤ ਸੋਹਣਾ ਝੋਟਾ ਜਿਹੜਾ ਇਹ ਵੀ ਵਿਕਾਊ ਆ। ਡਿਟੇਲ ਇਹਦੀ ਵੀ ਆਪਾਂ ਬਾਈ ਜੀ ਉਹਨਾਂ ਤੋਂ ਪੁੱਛ ਲੈਂਦੇ ਹਾਂ। ਪਹਿਲਾਂ ਤੁਹਾਨੂੰ ਇਹਦਾ ਮੂੰਹ ਮੱਥਾ ਦਿਖਾ ਦਿੰਦੇ ਹਾਂ। ਬਹੁਤ ਸੋਹਣਾ ਪਤਲੀ ਬੂਥੀ ਦੇ ਵਿੱਚ ਝੋਟਾ, ਅਤੇ ਸਿੰਘ ਵੀ ਇਹਦਾ ਬਹੁਤ ਜ਼ਿਆਦਾ ਸੋਹਣਾ। ਤੁਸੀਂ ਦੇਖ ਸਕਦੇ ਹਾਂ ਦੋਨੇ ਸਿੰਘ ਇੱਕੋ ਜਿਹੇ ਗੋਲ, ਬਿਲਕੁਲ ਛੋਟਾ ਸਿੰਘ ਹੈ। ਅਤੇ ਇਹਦਾ ਜਿਹੜਾ ਪਿੱਠ ਪੁੜਾ ਦੋਸਤੋ ਉਹ ਵੀ ਐਕਸਟਰਾ ਆਰਡਨਰੀ ਬਹੁਤ ਜ਼ਿਆਦਾ ਸੋਹਣਾ ਹੈਗਾ। ਇਹ ਪਿਓਰ ਮੁਰਾ ਦੇ ਵਿੱਚ ਆਉਂਦਾ, ਹੇਠੋਂ 1/2 ਇੰਚ ਪੂਛ ਵਾਈਟ ਹੋ ਸਕਦੀ ਹੈ, ਵਾਲ ਹੀ ਜਿਹੜੇ ਵਾਈਟ ਆ, ਬਾਕੀ ਇਹ ਜੈੱਡ ਬਲੈਕ ਝੋਟਾ। ਬਾਕੀ ਡਿਟੇਲ ਬਾਈ ਜੀ ਉਹਨਾਂ ਤੋਂ ਪੁੱਛਾਂਗੇ ਸਾਰੀ। ਤੁਸੀਂ ਦੇਖ ਸਕਦੇ ਹਾਂ ਇਹਨੂੰ ਖੜ੍ਹੇ ਤੋਂ ਇਹਦੇ ਜਿਹੜੇ ਪੁੜੇ ਆ ਉਹ ਵੀ ਬਿਲਕੁਲ ਪੱਧਰ ਆਪਸ ਵਿੱਚ। ਬਾਈ ਜੀ ਇਹ ਜਿਹੜਾ ਝੋਟਾ ਆਪਣੇ ਕੋਲ, ਇਹ ਦੱਸਿਓ ਜੀ ਇਹਦੀ ਕਿੰਨੀ ਉਮਰ ਹੈ? ਇਹ ਸਿੱਗਾ ਹੈ, 6 ਦੰਦ। 6 ਦੰਦ ਹੈ, ਤੇ ਇਹ ਘਰ ਦੀ ਕਿਸੇ ਮੱਝ ਦਾ ਕਿ ਮੁੱਲ ਲੈਂਦਾ ਸੀ? ਆਪਾਂ ਮੁੱਲ ਲੈਂਦੇ ਹਰਿਆਣੇ 'ਚੋਂ ਜੀ। ਹਰਿਆਣੇ 'ਚੋਂ ਲੈ ਕੇ ਆਉਂਦਾ ਸੀ, ਠੀਕ ਹੈ। ਤੇ ਕੀ ਇਹਦਾ ਮਾਂ ਦਾ ਕੀ ਰਿਕਾਰਡ ਸੀਗਾ ਵੀਰ ਜੀ? ਉਹਦਾ 17-18 ਲੀਟਰ ਦੱਸਦੇ ਆ ਮਾਂ ਦਾ, ਠੀਕ ਹੈ। ਤੇ ਇਹ ਆਪਾਂ ਘਰੇ ਮੱਝਾਂ ਕ੍ਰੋਸ ਕਰਾਉਣ ਵਾਸਤੇ ਲਿਆਂਦਾ ਸੀ ਜਾਂ ਕੋਈ ਮੇਲਿਆਂ ਦਾ ਵੀ ਸ਼ੌਂਕ ਸੀ? ਨਹੀਂ, ਇਹ ਤਾਂ ਸ਼ੌਂਕ ਵਜੋਂ ਲਿਆਂਦਾ ਸੀਗਾ। ਸ਼ੌਂਕ ਵਜੋਂ ਹੀ ਲਿਆਂਦਾ ਸੀਗਾ, ਠੀਕ ਹੈ। ਤੇ ਇਹਦਾ ਕੀ ਰੇਟ ਕਰਦੇ ਆ? ਇਹਦਾ 90,000। 90,000 ਦੋਸਤੋ, ਦੇਖ ਸਕਦੇ ਹਾਂ ਤੁਸੀਂ, ਬਹੁਤ ਸੋਹਣੇ ਪੈਕ ਪੁੜੇ ਦਾ ਇਹ ਝੋਟਾ। HLDB ਦੇ ਬਾਈ ਜੀ ਉਹਦੀ ਪਹਿਲਾਂ ਦੱਸਦੇ ਸੀ ਵੀ ਸੀਮਨ ਦਾ ਇਹ। ਪੂਛ ਇਹਦੀ ਜੈੱਡ ਬਲੈਕ ਹੀ ਆ, ਹੇਠੋਂ 2 ਕਵਾਲ ਵਾਈਟ ਆ, ਮਸਾਂ 1/2 ਇੰਚ ਹੋ ਸਕਦਾ ਵਾਈਟ ਹੋਵੇ। ਬਾਕੀ ਇਹਦੀ ਜਿਹੜੀ ਚਮੜੀ ਬਿਲਕੁਲ ਬਰੀਕ ਆ, ਨਾੜਾਂ ਤੁਸੀਂ ਚਮੜੀ ਦੇ ਵਿੱਚ ਦੇਖ ਸਕਦੇ ਆ। ਮੂੰਹ ਮੱਥਾ ਇਹਦਾ ਬਹੁਤ ਜ਼ਿਆਦਾ ਸੋਹਣਾ, ਬਾਕੀ ਪੁੜੇ ਤੁਸੀਂ ਦੇਖ ਹੀ ਲਏ ਆ ਦੋਸਤੋ। HLDB ਦਾ ਸੀਮਨ ਤੇ ਉਹਦਾ ਰਿਜ਼ਲਟ ਜਿਹੜਾ ਹਮੇਸ਼ਾ ਚੰਗਾ ਹੀ ਆਇਆ। ਮੂੰਹ ਮੱਥਾ ਤੁਸੀਂ ਦੇਖ ਲਓ, ਸਿੰਘ ਬਹੁਤ ਜ਼ਿਆਦਾ ਸੋਹਣਾ, ਇੰਨੇ ਸੋਹਣੇ ਸਿੰਘ ਆਮ ਬਹੁਤੇ ਘਰਾਂ 'ਚ ਕੱਟੀਆਂ ਦੇ ਵੀ ਨਹੀਂ ਹੁੰਦੇ ਜਿੰਨੇ ਸੋਹਣੇ ਇਸ ਝੋਟੇ ਦੇ ਸਿੰਘ। ਬਾਕੀ ਤੋਰ ਕੇ ਵੀ ਤੁਹਾਨੂੰ ਇਹਨੂੰ ਦਿਖਾਵਾਂਗੇ। ਬਾਈ ਖੋਲੋ ਇਹਨੂੰ, ਟੈਸਟੀਕਲ ਵਗੈਰਾ ਇਹਦੇ ਬਹੁਤ ਸਾਫ਼ ਆ। ਬਾਕੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਵਰ ਕਰਕੇ ਤੁਹਾਨੂੰ ਦਿਖਾਉਣ ਦੀ। ਮੁਰਾ ਨਸਲ ਦਾ ਬਹੁਤ ਸੋਹਣਾ ਝੋਟਾ, ਰੇਟ ਬਾਈ ਜੀ ਉਹਨਾਂ ਨੇ 90,000 ਕੀਤਾ। ਬਾਕੀ ਮਾਨ ਤਾਨ ਦੋਨਾਂ ਪਸ਼ੂਆਂ ਦੇ ਵਿੱਚੋਂ ਮੌਕੇ 'ਤੇ ਕੀਤਾ ਜਾਊਗਾ ਤੁਹਾਡਾ। ਜਿਹਦੇ ਪਸੰਦ ਆਉਂਦਾ ਇਹਨਾਂ 'ਚੋਂ ਕੋਈ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਤਾਂ ਦੋਸਤੋ ਆ ਕੇ ਤੁਸੀਂ ਦੇਖ ਸਕਦੇ ਹੋ। ਚੰਗੇ ਕੱਦ ਕਾਠ ਦਾ ਇਹ ਸੋਹਣਾ ਸ਼ਕੀਨ ਜਿਹਾ ਝੋਟਾ, ਇਹ ਕਾਫੀ ਵੇਲ ਹੈ ਇਹਦੀ। ਤੇ ਬਾਕੀ ਜੇ ਸੰਭਾਲ ਹੋ ਜੂਗੀ ਹੋਰ ਥੋੜੀ ਸੇਵਾ ਦੇ ਨਾਲ,
ਇਹ ਜਿਹੜਾ ਕਾਫੀ ਬਾਡੀ ਵੇਟ ਜਦੋਂ ਇਹਦਾ ਪੂਰਾ ਬਣ ਜਾਂਦਾ ਫਿਰ ਇਹ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਲੱਗੂ। ਟੈਸਟੀਕਲ ਤੁਸੀਂ ਦੇਖ ਸਕਦੇ ਹਾਂ ਬਹੁਤ ਸਾਫ਼ ਆ, ਬਿਲਕੁਲ ਪੱਧਰ ਟੈਸਟੀਕਲ ਇਹਦੇ। ਬਾਕੀ ਪੁੜਾ ਜਿਹੜਾ ਹੈਗਾ ਉਹ ਵੀ ਬਹੁਤ ਸੋਹਣਾ ਇਸ ਝੋਟੇ ਦਾ, ਦੇਖ ਸਕਦੇ ਹਾਂ ਦੋਸਤੋ, ਬਿਲਕੁਲ ਚੌੜਾ ਅਤੇ ਬਹੁਤ ਸੋਹਣਾ ਇਹ ਪੱਧਰ ਜੀ ਸ਼ੇਪ ਦਾ ਹੈਗਾ। ਠੀਕ ਹੈ ਕਿਸਾਨ ਵੀਰੋ, ਇਹ ਝੋਟਾ ਜਿਹੜਾ ਇਹ ਵੀ ਬਾਈ ਜੀ ਹੋਰਾਂ ਕੋਲ ਵਿਖਾਊ ਹੈ, ਸਾਰੀ ਡਿਟੇਲ ਤੁਹਾਨੂੰ ਵੀਡੀਓ 'ਚ ਲੈਤੀ ਹੈ। ਜੇ ਕਿਸੇ ਵੀਰ ਦੇ ਪਸੰਦ ਆਉਂਦਾ ਇਹ ਝੋਟਾ ਅਤੇ ਜਾਂ ਇਹ ਮੱਝ, ਤਾਂ ਤੁਸੀਂ ਸੌਦਾ ਬਾਈ ਜੀ ਹੋਰਾਂ ਨਾਲ ਕਰ ਸਕਦੇ ਹਾਂ। ਨੰਬਰ ਇਹਨਾਂ ਦਾ ਸਕਰੀਨ 'ਤੇ ਚੱਲਦਾ, ਇਸ ਨੰਬਰ ਦੇ ਉੱਤੇ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹਾਂ। ਫੋਨ ਕਰਕੇ ਤੁਸੀਂ ਇਹਨਾਂ ਦੋਵਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਖਰੀਦਣਾ ਹੋਵੇ ਤਾਂ ਖਰੀਦ ਕਰ ਸਕਦੇ ਹਾਂ। ਹਰੇਕ ਵੀਡੀਓ 'ਚ ਇਹ ਗੱਲ ਮੈਂ ਕਰਦਾ ਹੁੰਦਾ ਵੀ ਤਸੱਲੀ ਤੁਸੀਂ ਆਪ ਕਰਨੀ ਹੈ। ਮੇਰਾ ਜਿਹੜਾ ਕੰਮ ਆ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਇਸ ਪਿੰਡ ਦੇ ਵਿੱਚ ਇਸ ਜਗ੍ਹਾ 'ਤੇ ਇੰਨੇ ਪਸ਼ੂ ਖੜ੍ਹੇ ਆ, ਉਹਦੇ ਨਾਲ ਤੁਹਾਨੂੰ ਪਸ਼ੂ ਆਸਾਨੀ ਹੋ ਜਾਂਦੀ ਹੈ। ਬਾਕੀ ਜਿਹੜੀ ਖਰੀਦਦਾਰੀ ਹੈ ਉਹ ਤੁਸੀਂ ਦੋਸਤੋ ਆਪ ਕਰਨੀ ਹੈ ਅਤੇ ਆਪ ਹੀ ਤਸੱਲੀ ਇਹਨਾਂ ਪਸ਼ੂਆਂ ਦੀ ਆ ਕੇ ਕਰਨੀ ਹੈ। ਧੰਨਵਾਦ ਦੋਸਤੋ, ਵੀਡੀਓ ਦੇਖਣ ਲਈ।